ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਖੂਬਸੂਰਤ ਸਾਰਿਆਂ ਨੇ ਵਧੀਆ ਹੋਗੇ ਬਹੁਤ ਚਿਰਾਂ ਬਾਅਦ ਵਲੌਗ ਪਾਉਣ ਲੱਗਿਆ ਕਿਉਂਕਿ ਆਪਾਂ ਚੱਲੇ ਸੀਗੇ ਘੁੰਮਣ ਆਪਣਾ ਭਰਾ ਵੀ ਆ ਗਿਆ ਇੰਡੀਆ ਇਹ ਵਿਹਲਾ ਹੀ ਆ ਸਾਲ 'ਚ ਕਦਾ ਕਿਹੜਾ ਮਾਨਾ ਇੱਧਰ ਆਪਣੇ ਭਮਰਾ ਸਾਹਿਬ ਅਤੇ ਗੱਡੀ ਆਪਾਂ ਥੋੜ੍ਹਾ ਜਿਹਾ ਨਹੀਂ ਬਹੁਤ ਜ਼ਿਆਦਾ ਲੇਟ ਆਪਾਂ ਮਤਲਬ ਕਿੰਨੇ ਵਜੇ ਨਿਕਲਣਾ ਸੀ ਆਪਾਂ ਹੈਂ 9 ਕੁ ਵਜੇ ਨਹੀਂ ਮਹਾਰਾਜ ਹੁਣਾਂ ਨੇ ਕਿਹਾ ਸੀ ਆਪਾਂ ਨਿਕਲਣਾ 8 ਵਜੇ ਔਰ ਟਾਈਮ ਆਲਮੋਸਟ ਹੋ ਚੁੱਕਿਆ 10:30 ਵਜੇ 2 ਵਜੇ ਸਾਡੀ ਫਲਾਈਟ ਆ ਬਟ ਦੇਖਦੇ ਹਾਂ ਜਾਂਦੇ ਨੂੰ ਟਾਈਮ ਵੀ ਲੱਗ ਜਾਣਾ ਅਤੇ ਮਿਲਦੇ ਹਾਂ ਤੁਹਾਨੂੰ ਦੱਸਦੇ ਹਾਂ ਅਗਲਾ ਪ੍ਰੋਸੀਜਰ ਕੀ ਆ ਫਿਰ ਹਾਂਜੀ ਕਨੇਡਾ ਵਾਲਿਓ ਖੁਸ਼ੀ ਹੋ ਖੁਸ਼ੀ ਖੁਸ਼ੀ ਹਰੇਕ ਸਾਲ ਰਹਿ ਜਾਂਦਾ ਨਾ ਪ੍ਰੋਗਰਾਮ ਦੇ ਰਹਿਣ ਕੀ ਬੜੇ ਹੀ ਆ ਘੱਟ ਪਾਣੀ ਪੀ ਮਾਮਾ ਚਲੋ ਵੀ ਵਾਧੇ ਹੋਏ ਕਦਮ ਭਮਰਾ ਸਾਹਿਬ ਨੇ ਕਰਨ ਕਰ ਬੀਬੀ ਪਿੰਕ ਕਮੀਜ਼ ਪਾ ਕੇ ਆਇਆ ਮੁੰਡਾ ਕਿਸੇ ਦੇ ਕਹਿਣ ਤੇ ਬੌਸ ਫਾਈਨਲੀ ਗਏ ਤਾਂ ਆਪਾਂ ਬਹਿ ਗਏ ਜਹਾਜ਼ ਏਕਮ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਜਹਾਜ਼ ਬਹੁਤ ਵਧੀਆ ਇਹ ਤਾਂ ਜਿਹਦੇ ਫੜ ਲਈ ਕਹਿੰਦਾ ਮੈਂ ਹੀ ਚਲਾਉਣਾ ਹੈ ਰੋਣ ਲੱਗ ਪਿਆ ਬਾ ਉੜ ਜਾਏਗਾ ਥੋੜ੍ਹੀ ਦੇਰ ਚ ਹਵਾ ਹੁਆ ਦੇ ਗਿਆ ਹੀ ਥੱਲੇ ਜਾ ਕੇ ਟਾਇਰ ਹੈ ਵਧੀਆ ਸਰਦਾਰ ਦੇ ਸ਼ੌਂਕ ਫਾਈਨਲੀ ਗਏ ਆਪਾਂ ਆ ਗਏ ਗੋਆ ਗੱਡੀ ਛੱਡ ਪਹਿਲਾਂ ਆਪਾਂ ਆ ਗਏ ਗੋਆ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਸੀਗਾ ਆਪਾਂ ਕਿੱਥੇ ਆਉਣਾ ਸੀਗਾ ਤੇ ਗੋਆ ਆ ਗਏ ਫਿਰ ਤੁਹਾਨੂੰ ਦਿਖਾਉਣੇ ਆਪਾਂ ਮਿਲਦੇ ਹਾਂ ਤੁਹਾਨੂੰ ਭੁੱਖੀ ਲੱਗੀ ਰਹਿੰਦੀ ਹੈ ਤੇਰੇ ਲੱਕ ਨਾਲ ਪਤੀਲਾ ਬੰਨਣਾ ਰੋਟੀਆਂ ਦਾ ਮੈਂ ਸੋ ਗਾਇਸ ਚੱਲਦੇ ਹਾਂ ਤੁਹਾਨੂੰ ਰੂਮ ਦਿਖਾਉਣੇ ਜਾ ਕੇ ਆਪਣਾ ਤੇ ਮਿਲਦੇ ਹਾਂ ਪਾਰਟੀ ਵਗੈਰਾ ਮਾਰਦੇ ਕਿਤੇ ਜਾ ਕੇ ਤੇ ਫੇਰ ਕਰਾਂਗੇ ਆਪਾਂ ਰੂਮ ਚੇਂਜ ਤੇ ਆਪਾਂ ਤੁਹਾਨੂੰ ਸਾਰੀ ਸਟੋਰੀ ਫਿਲਮ ਸ਼ਾਰਟ ਦੱਸਦੇ ਆ ਸਰਦਾਰ ਜੀ ਵੀ ਬਹੁਤ ਜ਼ਿਆਦਾ ਡਿਸਅਪੋਇੰਟਮੈਂਟ ਨੇ ਖੁਸ਼ੀ ਨਹੀਂ ਹੋਈ ਚਲੋ ਬਾਹਰ ਲੋ ਵੀ ਮੈਨੂੰ ਲੱਗਦਾ ਜੀ ਫਲੈਸ਼ ਚੱਲ ਪਈ ਆ ਜੀ ਫਲੈਸ਼ ਚੱਲ ਪਈ ਆ ਹੁਣ ਅਸੀਂ ਪਤਾ ਨਹੀਂ ਕਿੱਧਰ ਨੂੰ ਆਏ ਹਾਂ ਬਸ ਤੁਰ ਕੇ ਚੱਲੇ ਹਾਂ ਕਿਸੇ ਪਾਸੇ ਵਾਪਸ ਕਨੇਡਾ ਚੱਲੇ ਹੋਏ ਤੂੰ ਇੱਥੇ ਰਹਿਣ ਦੇ ਯੋਗ ਵੀ ਹੈ ਨਹੀਂ ਹੁੰਦਾ ਵੀ ਤੇਰੀਆਂ ਹਰਕਤਾਂ ਮੈਂ ਦੇਖਦਾ ਹੀ ਪਿਆ ਚਲੋ ਨਾਈਸ ਆਊਟਫਿਟ ਸੋ ਫਾਈਨਲੀ ਗਾਈਜ਼ ਆਪਾਂ ਲੈ ਲਈ ਐਕਟਿਵਾ ਅਤੇ ਆਪਾਂ ਘੁੰਮ ਰਹੇ ਹਾਂ ਪਸੀਨੋ ਲਈ ਆ ਸੋਰੀ ਐਕਟਿਵਾ ਨਹੀਂ ਲਈ ਅਤੇ ਆਪਣੇ ਸਰਦਾਰ ਜੀ ਅੱਗੇ ਅੱਗੇ ਜਾਂਦੇ ਹੋਏ ਲੈਟ ਮੀ ਇੰਟਰੋਡਿਊਸ ਯੂ ਸਮ Some of our friends are looking back. This is Ekam and Bhamra.
व्हाट्सअप गाइज डे टू इन द गोवा तो आप चलते हम स्विमिंग करना दिखावा तो व्यू राती बहुत ज़्यादा हैक्टिक हो गया से आप सौ गए थे ज़्यादा होश भी नहीं रही तो बाकी साढ़े बंदे हो रहे तैयार स्विमिंग वास्ते चलो जी ਸੋ ਗਾਈਜ਼ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਨਲਾਇਆ ਹੈਮਰੀਟੇਜ ਸੋ ਗਾਈਜ਼ ਆਪਾਂ ਪਹੁੰਚ ਗਏ ਨਲਾਇਆ ਹੈਮਰੀਟੇਜ ਇੱਥੇ ਦਾ ਪੂਲ ਕਹਿੰਦੇ ਗੋਆ ਦਾ ਬੈਸਟੈਸਟ ਪੂਲ ਐਂਡ ਵਿਦ ਦਾ ਬੈਸਟੈਸਟ ਵਿਊ ਸਾਡੇ ਏਕਮ ਭਰਾ ਨੇ ਏਕਮ ਦੇ ਫਰੈਂਡ ਨੇ ਸੁਜੈਸਟ ਗੌਰਵ ਗੌਰਵ ਸਰੋਆ ਫਰੋਮ ਕੈਨੇਡਾ ਬ੍ਰੈਂਟਨ ਨਹੀਂ ਮੈਂ ਮਿਸੀ ਸਕਾ ਵਾਲੇ ਗਾਲਾ ਕੱਢ ਲੱਪੜੀ ਬਸ 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 ਤੇ ਆਪਣੇ ਪਮਰਾ ਸਾਹਿਬ ਪਤਾ ਨਹੀਂ ਕਿਹਦੀ ਵੇਟ ਕਰਦੇ ਹੋਏ ਉੱਥੇ ਗਵਾਚ ਹੀ ਜਾਂਦਾ ਜਿੱਥੇ ਜਾਂਦਾ ਐਂਬੀਅੰਸ ਵਧੀਆ ਨਾ ਇੱਥੇ ਦਾ ਯਾਰ ਮੈਂ ਤੁਹਾਨੂੰ ਕਹਿੰਦਾ ਬੈਸਟ ਯਾਰ ਸੋ ਗਾਈਜ਼ ਆਪਾਂ ਤੁਹਾਨੂੰ ਦਿਖਾਵਾਂਗੇ ਪੂਲ ਤੇ ਸਵਿਮਿੰਗ ਕਰਨੀ ਉਦਾਂ ਤਾਂ ਮੈਨੂੰ ਆਉਂਦੀ ਨਹੀਂ ਛਾਲਾ ਤਾਂ ਦੋਵੇਂ ਪੁੱਠੀਆਂ ਸਿੱਧੀਆਂ ਮਾਰ ਹੀ ਲੈਣੀਆਂ ਨਾ ਰਾਈ ਬਹੁਤ ਜ਼ਿਆਦਾ ਔਸਮ ਵਿਊ ਆ ਫਾਈਨਲੀ ਗਾਇਜ਼ ਵੀ ਆਰ ਐਟ ਸਵਿਮਿੰਗ ਪੂਲ ਕਿੱਦਾਂ ਦਾ ਲੱਗਿਆ ਉਹ ਮੁੰਡਿਓ ਕੈਂਟੀ ਕੈਂਟੀ ਕਿੱਦਾਂ ਲੱਗਿਆ ਭਾਅ ਮਸਾ ਵਧੀਆ ਅਤੇ ਕੁਛ ਇੱਦਾਂ ਦਾ ਵਿਊ ਹੈ ਆਹ ਤਿੰਨ ਲੱਗ ਚੁੱਕੇ ਸਾਡੇ ਮੈਟਰਸਿਸ ਅਤੇ ਵਿਊ ਚੈੱਕ ਕਰੋ ਇੱਥੋਂ ਸੋ ਗਾਇਜ਼ ਆਪਾਂ ਤਿਆਰ ਹੋ ਕੇ ਨਿਕਲ ਚੁੱਕੇ ਹਾਂ ਕਿੱਥੇ ਚੱਲੇ ਆਪਾਂ ਹੁਣ ਪਰਪਲ ਮਾਰਟੀਨੀ ਪਰਪਲ ਮਾਰਟੀਨੀ ਚੱਲੇ ਸੀਗੇ ਟੇਬਲ ਕਰਾਇਆ ਸੀ ਬੁੱਕ ਆਲਮੋਸਟ ਇੱਕ ਘੰਟਾ ਆਪਾਂ ਫੇਰ ਲੇਟ ਜੋ ਕਿ ਅਸੀਂ ਸਿੱਧੇ ਹੋ ਹੀ ਨਹੀਂ ਸਕਦੇ ਕਦੇ ਅਤੇ ਆਹ ਆਪਣੇ ਭਮਰਾ ਸਾਹਿਬ ਅੱਗੇ ਅੱਗੇ ਸਾਡੇ ਜਾਂਦੇ ਹੋਏ ਸਟੋਟ ਅਤੇ ਅਸੀਂ ਪਿੱਛੇ ਪਿੱਛੇ ਐਜ਼ ਆਲਵੇਜ਼ ਸਾਡਾ ਗਾਈਡ ਟੂਰ ਗਾਈਡ ਜਿਹੜਾ ਕਿ ਹਰੇਕ ਜਗ੍ਹਾ ਘੁੰਮਿਆ ਹੀ ਹੋਇਆ ਆਲਮੋਸਟ ਅਤੇ ਆਹ ਬੰਦਾ ਸਾਡਾ ਜਾ ਰਿਹਾ ਹੈ ਭਮਰਾ ਸਾਹਿਬ ਭਮਰਾ ਸਾਹਿਬ ਦੀ ਗ੍ਰੇਟ ਮਾੜੀ ਜਿਹੀ ਹਾਜ਼ਰੀ ਲਵਾ ਦਿਉ ਸਰ ਵਲੋਗ ਨੂੰ ਕਰਦੇ ਹਾਂ ਆਪਾਂ ਇੱਥੇ ਖਤਮ ਬਿਕੋਜ਼ ਵਲੋਗ ਬਹੁਤ ਜ਼ਿਆਦਾ ਲੰਬਾ ਬਣ ਗਿਆ ਅਤੇ ਕੰਟੀਨਿਊ ਕਰਦੇ ਹਾਂ ਫਿਰ ਤੁਹਾਨੂੰ ਦੱਸਦੇ ਹਾਂ ਕੀ ਪਲੈਨਸ ਨੇ ਫਦਰ ਟਿਲ ਦੈਨ ਟੇਕ ਕੇਅਰ ਬਾਏ ਬਾਏ।